ਨੂੰ ਲੈ ਕੇ ਕੈਨੇਡੀਅਨ ਮੀਡੀਆ ਦਾ ਇੱਕ ਵੱਡਾ ਦਾਅਵਾ ਸਾਹਮਣੇ ਆਇਆ ਹੈ। ਦ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਨੇ ਟਰੂਡੋ ਤੇ ਜਹਾਜ਼ ਨੂੰ ਲੈਂਡ ਕਰਨ ਲਈ ਇੱਕ ਸ਼ਰਤ ਰੱਖੀ ਸੀਗੀ, ਯਾਨੀ ਕਿ ਪ੍ਰੈਸ਼ਰ ਪਾਇਆ ਗਿਆ ਸੀਗਾ। ਭਾਰਤ ਨੇ ਟਰੂਡੋ ਨੂੰ ਤਤਕਾਲੀ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਦੇ ਲਈ ਮਜਬੂਰ ਕੀਤਾ ਸੀਗਾ ਤੇ ਕੈਪਟਨ ਦੇ ਨਾਲ ਮੁਲਾਕਾਤ ਲਈ ਰਾਜ਼ੀ ਹੋਣ ਤੇ ਹੀ ਪਲੇਨ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਸੀਗੀ ਤੇ ਵੱਡੇ ਐਲੀਗੇਸ਼ਨ ਵੱਡਾ ਦਾਅਵਾ ਕਿਤੇ ਨਾ ਕਿਤੇ ਦ ਗਲੋਬ ਐਂਡ ਮੇਲ ਦੇ ਵੱਲੋਂ ਲਗਾਇਆ ਗਿਆ ਹੈ। ਵੱਡਾ ਦਾਅਵਾ ਕੀਤਾ ਗਿਆ ਕੈਪਟਨ ਦੇ ਨਾਲ ਮੁਲਾਕਾਤ ਕਰਕੇ ਵੱਖਵਾਦੀਆਂ ਦੇ ਬਾਰੇ ਸ਼ਿਕਾਇਤਾਂ ਸੁਣਨ ਦਾ ਦਬਾਅ ਪਾਇਆ ਗਿਆ ਸੀਗਾ। ਕੈਨੇਡੀਅਨ ਮੀਡੀਆ ਦੇ ਵੱਲੋਂ ਕਿਹਾ ਗਿਆ ਕਿ ਹਰਦੀਪ ਨਿੱਜਰ ਸਣੇ ਵੱਖਵਾਦੀਆਂ ਦੇ ਬਾਰੇ ਸ਼ਿਕਾਇਤਾਂ ਸੁਣਨ ਲਈ ਆਖਿਆ ਗਿਆ ਸੀਗਾ, ਪ੍ਰੈਸ਼ਰਾਈਜ਼ ਕੀਤਾ ਗਿਆ ਸੀਗਾ ਕਿ ਤਾਂ ਹੀ ਪਰਮਿਸ਼ਨ ਮਿਲੇਗੀ ਕਿ ਅੰਮ੍ਰਿਤਸਰ ਏਅਰਪੋਰਟ ਤੇ ਜੋ ਪਲੇਨ ਨੂੰ ਲੈਂਡ ਕਰਨ ਦਿੱਤਾ ਜਾਏ। ਤੇ ਗਲੋਬ ਐਂਡ ਮੇਲ ਮੁਤਾਬਿਕ ਸਾਲ 2018 ਦੇ ਭਾਰਤ ਦੌਰੇ ਦੌਰਾਨ ਜਸਟਿਨ ਟਰੂਡੋ ਅਤੇ ਹਰਜੀਤ ਸੱਜਣ ਅੰਮ੍ਰਿਤਸਰ 'ਚ ਆ ਰਹੇ ਸਨ ਤੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਜਹਾਜ਼ ਤਾਂ ਹੀ ਲੈਂਡ ਕਰਨ ਦਿੱਤਾ ਜਾਵੇਗਾ ਜੇਕਰ ਉਹ ਮੀਟਿੰਗ ਕਰਨ ਲਈ ਤਿਆਰ ਹੋਣ ਤੇ ਕੈਪਟਨ ਨੂੰ ਨਹੀਂ ਮਿਲਣਾ ਚਾਹੁੰਦੇ ਸਨ ਟਰੂਡੋ ਤੇ ਸੱਜਣ, ਕਿਉਂਕਿ ਉਸ ਤੋਂ ਕੁਝ ਦਿਨ ਪਹਿਲਾਂ ਹੀ ਤਤਕਾਲੀ ਮੁੱਖ ਮੰਤਰੀ ਕੈਪਟਨ ਨੇ ਹਰਜੀਤ ਸੱਜਣ ਦੇ ਪਿਤਾ ਨੂੰ ਵਰਲਡ ਟ੍ਰਿਕ ਆਰਗੇਨਾਈਜੇਸ਼ਨ ਦੇ ਮੁਖੀ ਹੋਣ ਕਾਰਨ ਅੱਤਵਾਦੀ ਦੱਸਿਆ ਸੀ ਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ 'ਚ ਉਹਨਾਂ ਨੂੰ ਇੱਕ ਡੋਜ਼ੀਅਰ ਸੌਂਪਿਆ ਗਿਆ ਸੀਗਾ ਜਿਸ 'ਚ ਕੈਨੇਡਾ ਦੇ ਕੁਝ ਸਿੱਖ ਕਾਰਕੁਨਾਂ ਦੇ ਨਾਮ ਸਨ ਜਿਨ੍ਹਾਂ ਵਿਰੁੱਧ ਭਾਰਤ ਕਾਰਵਾਈ ਚਾਹੁੰਦਾ ਸੀਗਾ ਤੇ ਹੁਣ ਦ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ 'ਚ ਸੂਤਰਾਂ ਤੋਂ ਵੱਡਿਆ ਦਾਅਵਾ ਕੀਤਾ ਹੈ ਕਿ ਭਾਰਤ ਨੇ ਟਰੂਡੋ ਦੇ ਜਹਾਜ਼ ਨੂੰ ਲੈਂਡ ਕਰਨ ਦੀ ਸ਼ਰਤ ਰੱਖੀ ਸੀਗੀ। ਮੇਰੇ ਨਾਲ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਮੌਜੂਦ ਨੇ। ਵਿਨੇਸ਼, ਜਸਟਿਨ ਟਰੂਡੋ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਸੀਗੇ, ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ? ਬਿਲਕੁਲ ਸਰਬਜੋਤ, ਇੱਕ ਕੈਨੇਡੀਅਨ ਨਿਊਜ਼ਪੇਪਰ ਹੈ ਦਾ ਗਲੋਬ ਐਂਡ ਮੇਲ, ਕਾਫੀ ਪ੍ਰੋਮੀਨੈਂਟ ਨਿਊਜ਼ਪੇਪਰ ਹੈ ਉੱਥੋਂ ਦਾ, ਉਹਨਾਂ ਵੱਲੋਂ ਇੱਕ ਕਹਿ ਸਕਦੇ ਹਾਂ ਇੱਕ ਸਕੂਪ ਪਬਲਿਸ਼ ਕੀਤਾ ਗਿਆ ਇਸ ਮਾਮਲੇ 'ਚ ਕਿ 2018 ਦਾ ਜਿਹੜਾ ਟਰੂਡੋ ਤੇ ਉਹਨਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਸੀ ਹਰਜੀਤ ਸਿੰਘ ਸੱਜਣ, ਉਹਨਾਂ ਵੱਲੋਂ ਇੰਡੀਆ ਦਾ ਦੌਰਾ ਕੀਤਾ ਜਾਣਾ ਸੀਗਾ ਤੇ ਉਹ ਦੌਰਾ ਕਾਫੀ ਵਿਵਾਦਿਤ ਵੀ ਰਿਹਾ ਤੇ ਦੌਰਾ ਜਦੋਂ ਚੱਲ ਰਿਹਾ ਸੀ ਉਦੋਂ ਹੀ ਉਸ ਤੇ ਕਾਫੀ ਵਿਵਾਦ ਖੜੇ ਹੋਏ ਸੀ, ਦੌਰੇ ਤੋਂ ਪਹਿਲਾਂ ਵੀ ਤੇ ਦੌਰੇ ਤੋਂ ਬਾਅਦ ਵੀ ਤੇ ਉਸੇ ਦੌਰੇ ਦੇ ਮੱਦੇਨਜ਼ਰ ਜਿਹੜੇ ਟਰੂਡੋ ਐਨ ਉਹਨਾਂ ਦੇ ਡਿਫੈਂਸ ਮਿਨਿਸਟਰ ਸੀ ਉਹ ਪੰਜਾਬ ਆਉਣਾ ਚਾਹੁੰਦੇ ਸੀਗੇ, ਗੋਲਡਨ ਟੈਂਪਲ ਵਿਜ਼ਿਟ ਕਰਨਾ ਚਾਹੁੰਦੇ ਸੀਗੇ, ਪਰ ਪੰਜਾਬ ਦੇ ਜਿਹੜੇ ਉਸ ਟਾਈਮ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਇੱਛਾ ਰੱਖੀ ਸੀਗੀ ਕਿ ਉਹ ਟਰੂਡੋ ਨੂੰ ਮਿਲਣਾ ਚਾਹੁੰਦੇ ਆ ਤੇ ਜਿਹੜੀਆਂ ਕੈਨੇਡੀਅਨ ਲੈਂਡ ਦੇ ਉੱਪਰ ਖਾਲਿਸਤਾਨੀ ਜਾਂ ਐਂਟੀ ਇੰਡੀਆ ਐਕਟੀਵਿਟੀਜ਼ ਹੋ ਰਹੀਆਂ ਉਸ ਸੰਬੰਧੀ ਇੱਕ ਡੋਜ਼ੀਅਰ ਪੇਸ਼ ਕਰਨਾ ਚਾਹੁੰਦੇ ਆ, ਪਰ ਜਿਹੜਾ ਟਰੂਡੋ ਹੈ ਤੇ ਉਹਨਾਂ ਦੇ ਜਿਹੜੇ ਮਿਨਿਸਟਰ ਸੀ ਡਿਫੈਂਸ ਮਿਨਿਸਟਰ ਸੱਜਣ ਸਿੰਘ ਉਹ ਰਿਲਕਟੈਂਟ ਸੀ, ਯਾਨੀ ਕਿ ਉਹ ਮਿਲਣ ਦੇ ਇੱਛੁਕ ਨਹੀਂ ਸੀ ਤੇ ਉਹਨਾਂ ਨੇ ਮਨਾ ਕਰਤਾ ਸੀਗਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ, ਪੰਜਾਬ ਜਦੋਂ ਜਾਣਗੇ ਤਾਂ ਪੰਜਾਬ ਦੀ ਧਰਤੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ ਤੇ ਇਸ ਦ ਗਲੋਬ ਐਂਡ ਮੇਲ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਟਰੂਡੋ ਨੂੰ ਇਸ ਗੱਲ ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਜੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ ਤਾਂ ਉਹਨਾਂ ਦਾ ਜਿਹੜਾ ਜਹਾਜ਼ ਹੈ ਉਹ ਪੰਜਾਬ ਵਿੱਚ ਲੈਂਡ ਨਹੀਂ ਕਰਨ ਦਿੱਤਾ ਜਾਊਗਾ, ਯਾਨੀ ਕਿ ਜੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ ਤਾਂ ਉਹਨਾਂ ਨੂੰ ਪੰਜਾਬ ਤੋਂ ਇਲਾਵਾ ਇਹ ਪੂਰਾ ਇੰਡੀਆ ਦਾ ਦੌਰਾ ਕੀਤਾ ਜਾ ਸਕਦਾ ਹੈ ਪਰ ਪੰਜਾਬ ਉਹਨਾਂ ਨੂੰ ਅਲਾਓ ਨਹੀਂ ਕੀਤਾ ਜਾਊਗਾ। ਇਹ ਦਾਅਵਾ ਗਲੋਬ ਐਂਡ ਮੇਲ ਵੱਲੋਂ ਕੱਲ੍ਹ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਆ ਉਸ ਦੇ ਵਿੱਚ ਕੀਤਾ ਗਿਆ, ਹਾਲਾਂਕਿ ਇਸ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਤੇ ਸੱਜਣ ਸਿੰਘ ਦੀ ਵਿਜ਼ਿਟ ਹੋਈ ਸੀਗੀ ਜਾਂ ਜਿਹੜੀ ਇਹਨਾਂ ਨਾਲ ਟਰੂਡੋ ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਸ 'ਚ ਮੀਟਿੰਗ ਹੋਈ ਸੀਗੀ ਉਹ ਕੈਨੇਡੀਅਨ ਅਥਾਰਟੀ ਵਿੱਚ ਉਹਦਾ ਮੈਸੇਜ ਜਿਹੜਾ ਬਹੁਤ ਵਧੀਆ ਨਹੀਂ ਗਿਆ ਤੇ ਉਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਕੈਨੇਡਾ ਵਿੱਚ ਐਂਟੀ ਇੰਡੀਆ ਐਕਟੀਵਿਟੀਜ਼ ਹੋ ਰਹੀਆਂ ਉਸ ਨੂੰ ਲੈ ਕੇ ਕੁਝ ਡੋਜ਼ੀਅਰ ਵੀ ਪੇਸ਼ ਕੀਤੇ ਗਏ ਸੀਗੇ ਤੇ ਉਹ ਜਿਹੜਾ ਹੈ ਕੈਨੇਡੀਅਨ ਅਥਾਰਟੀਜ਼ ਨੇ ਕੈਨੇਡੀਅਨ ਏਜੰਸੀਜ਼ ਨੇ ਉਹਨਾਂ ਨੂੰ ਬਹੁਤ ਸਕਾਰਾਤਮਕ ਨਹੀਂ ਮੰਨਿਆ ਸੀਗਾ ਉਸ ਦੌਰੇ ਨੂੰ ਕੈਪਟਨ ਉਸ ਮੀਟਿੰਗ ਨੂੰ, ਪਰ ਜਿਹੜਾ ਸਾਰੇ ਇਸ ਰਿਪੋਰਟ ਦਾ ਲੱਭ ਲਵਾਦ ਇਹ ਹੈ ਕਿ ਟਰੂਡੋ ਨੂੰ ਇਸ ਗੱਲ ਲਈ ਫੋਰਸ ਕੀਤਾ ਗਿਆ ਕਿ ਜੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਹਾਮੀ ਨਹੀਂ ਭਰਦੇ
ਉਹਨਾਂ ਦਾ ਜਹਾਜ਼ ਹੈ ਪੰਜਾਬ ਵਿੱਚ ਰਹਿਣ ਨਹੀਂ ਕਰਨ ਦਿੱਤਾ ਜਾਊਗਾ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਅਖੀਰਕਾਰ ਟਰੂਡੋ ਤੇ ਸੱਜਣ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਮੁਲਾਕਾਤ ਕਰਨੀ ਪਈ। ਵਿਨੇ ਸ਼ਾਹ ਪੂਰੇ ਦਾਅਵੇ ਤੇ ਇੰਡੀਅਨ ਗਵਰਨਮੈਂਟ ਦਾ ਕੋਈ ਪ੍ਰਤੀਕਰਮ ਕੋਈ ਰਿਐਕਸ਼ਨ ਸਾਹਮਣੇ ਆਇਆ? ਸਰਬਜੋਤ, ਹਜੇ ਇਸ ਸੰਬੰਧੀ ਕੋਸ਼ਿਸ਼ਾਂ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸੰਪਰਕ ਕਰਨ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੰਡੀਅਨ ਗਵਰਨਮੈਂਟ ਵੱਲੋਂ ਜਾਂ ਕੋਈ ਬੀਜੇਪੀ ਵੱਲੋਂ ਵੀ ਇਸ ਸੰਬੰਧੀ ਰਿਐਕਸ਼ਨ ਆਵੇ, ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਵਿਨੇਸ਼, ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਤੇ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ ਕੈਨੇਡੀਅਨ ਮੀਡੀਆ ਦੇ ਵੱਲੋਂ, ਦ ਗਲੋਬ ਐਂਡ ਮੇਲ ਦੇ ਵੱਲੋਂ, ਜਿਨ੍ਹਾਂ ਨੇ ਆਪਣੀ ਰਿਪੋਰਟ ਸੂਤਰਾਂ ਦੇ ਹਵਾਲੇ ਤੋਂ ਵੱਡਾ ਦਾਅਵਾ ਕੀਤਾ ਹੈ। ਸਾਲ 2018 ਦੀਆਂ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਟੈਲੀਵਿਜ਼ਨ ਸਕਰੀਨ ਤੇ ਵੇਖ ਪਾ ਰਹੇ ਹੋ, ਦੋ ਵੱਖ ਵੱਖ ਤਸਵੀਰਾਂ। ਹੇਠਲੇ ਪਾਸੇ ਉਦੋਂ ਦੇ ਤਤਕਾਲੀ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ, ਜਸਟਿਨ ਟਰੂਡੋ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ, ਉਹਨਾਂ ਦੇ ਨਾਲ ਉਸ ਟਾਈਮ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਵੀ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ। ਤੇ ਉੱਪਰਲੇ ਪਾਸੇ ਤਸਵੀਰ ਹੈ ਟਰੂਡੋ, ਜਸਟਿਨ ਟਰੂਡੋ ਕੈਨੇਡਾ ਦੇ ਪੀਐਮ, ਹਾਲਾਂਕਿ ਉਹਨਾਂ ਦਾ ਆ ਦੂਜਾ ਟਰਮ ਹੈ ਤੇ ਪੀਐਮ ਮੋਦੀ ਦੇ ਨਾਲ ਆਪਣੇ ਪਰਿਵਾਰ ਸਮੇਤ, ਆਪਣੀ ਪਤਨੀ ਸਮੇਤ ਉਸ ਟਾਈਮ ਦੇ ਤੇ ਆ ਤਸਵੀਰਾਂ 'ਚ ਮਿਲਦੇ ਹੋਏ ਵੇਖੇ ਜਾ ਸਕਦੇ। ਵੱਡਾ ਦਾਅਵਾ ਦ ਗਲੋਬ ਐਂਡ ਮੇਲ ਦੇ ਵੱਲੋਂ ਆਪਣੀ ਰਿਪੋਰਟ 'ਚ ਕੀਤਾ ਗਿਆ ਹੈ ਕਿ ਭਾਰਤ ਨੇ ਟਰੂਡੋ ਤੋਂ ਜਹਾਜ਼ ਨੂੰ ਲੈਂਡ ਕਰਨ ਦੀ ਸ਼ਰਤ ਰੱਖੀ ਸੀਗੀ ਕਿ ਭਾਰਤ ਦੇ ਅੰਮ੍ਰਿਤਸਰ 'ਚ, ਪੰਜਾਬ 'ਚ ਤਾਂ ਹੀ ਉਹਨਾਂ ਦਾ ਪਲੇਨ ਲੈਂਡ ਕਰਨ ਦਿੱਤਾ ਜਾਏਗਾ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ। ਵੱਡਾ ਦਾਅਵਾ ਦ ਗਲੋਬ ਐਂਡ ਮੇਲ ਦੇ ਵੱਲੋਂ ਕੀਤਾ ਗਿਆ ਤੇ 2018 ਦੀਆਂ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ। ਦੋ ਵੱਖ ਵੱਖ ਤਸਵੀਰਾਂ ਨੇ, ਟਰੂਡੋ ਭਾਰਤ ਦੌਰੇ ਤੇ ਸੀਗੇ, ਹੇਠਲੀ ਤਸਵੀਰ ਹੈ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ, 2018 'ਚ ਉਹ ਸੀਐਮ ਸੀਗੇ ਤੇ ਉਸ ਦੇ ਵਿਚਾਲੇ ਟਰੂਡੋ ਦੇ ਵੱਲੋਂ ਭਾਰਤ ਦੌਰਾ ਕੀਤਾ ਗਿਆ ਸੀਗਾ ਤੇ ਪ੍ਰੈਸ਼ਰਾਈਜ਼ ਉਹਨਾਂ ਨੂੰ ਕੀਤਾ ਗਿਆ। ਹਾਲਾਂਕਿ ਦਾਅਵਾ ਆ ਕੈਨੇਡੀਅਨ ਦ ਗਲੋਬ ਐਂਡ ਮੇਲ ਦੇ ਵੱਲੋਂ ਕੀਤਾ ਗਿਆ ਹੈ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜੇ ਤੁਸੀਂ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਜੋ ਕਿ ਉਸ ਟਾਈਮ ਦੇ ਪੰਜਾਬ ਦੇ ਮੁੱਖ ਮੰਤਰੀ ਸਨ, ਮੁਲਾਕਾਤ ਕਰੋਗੇ ਤਾਂ ਹੀ ਤੁਹਾਡਾ ਜਹਾਜ਼ ਲੈਂਡ ਕਰਨ ਦਿੱਤਾ ਜਾਏਗਾ। ਹਾਲਾਂਕਿ ਤਸਵੀਰਾਂ 2018 ਦੀਆਂ ਨੇ, ਜਸਟਿਨ ਟਰੂਡੋ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ, ਕੈਪਟਨ ਅਮਰਿੰਦਰ ਸਿੰਘ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ। ਉਸ ਟਾਈਮ ਦਾ ਪੂਰਾ ਦੌਰਾ ਸੀਗਾ ਤੇ ਉੱਪਰਲੇ ਪਾਸੇ ਤਸਵੀਰ ਹੈ, ਤਮਾਮ ਆਪਣੀ ਫੈਮਿਲੀ ਦੇ ਨਾਲ ਜਸਟਿਨ ਟਰੂਡੋ ਵੇਖੇ ਜਾ ਸਕਦੇ, ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਵੱਡਾ ਦਾਅਵਾ ਕੀਤਾ ਹੈ। ਹਾਲਾਂਕਿ ਵੇਖਣਾ ਹੋਏਗਾ ਕਿ ਹੁਣ ਜੋ ਹੈ ਵਿਦੇਸ਼ ਮੰਤਰਾਲੇ ਜੋ ਭਾਰਤ ਦਾ ਹੈ, ਉਹਨਾਂ ਦਾ ਕੀ ਕੁਝ ਰਿਐਕਸ਼ਨ ਸਾਹਮਣੇ ਆਉਂਦਾ ਹੈ, ਪਰ ਵੱਡਾ ਦਾਅਵਾ ਕਰਦੇ ਹੋਏ ਨਜ਼ਰ ਆ ਰਹੀ ਹੈ ਦ ਗਲੋਬ ਐਂਡ ਮੇਲ।